ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਕੱਲ੍ਹ ਸ਼ਾਮ ਭੇਤ ਭਰੀ ਹਾਲਤ 'ਚ ਦਿੱਲੀ ਦੇ 5 ਤਾਰਾ ਹੋਟਲ ਲੀਲਾ 'ਚੋਂ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਕਿ ਉਹਨਾਂ ਦੀ ਲਾਸ਼ ਕਮਰਾ ਨੰਬਰ 345 ਦੇ ਬਿਸਤਰ 'ਤੇ ਪਈ ਹੋਈ ਸੀ। ਸ਼ਸ਼ੀ ਥਰੂਰ ਅਤੇ ਸੁਨੰਦਾ ਦਾ 2010 'ਚ ਵਿਆਹ ਹੋਇਆ ਸੀ। ਪਿਛਲੇ ਕੁਝ ਦਿਨਾਂ ਤੋਂ ਇੱਕ ਪਾਕਿਸਤਾਨੀ ਪੱਤਰਕਾਰ ਨਾਲ ਸੋਸ਼ਲ ਸਾਈਟ ਟਵਿੱਟਰ 'ਤੇ ਥਰੂਰ ਨਾਲ ਹੋ ਜਾਏਗਾ, ਇਟ ਵਿਲ ਟੇਕ ਅਬਾਊਟ 2 ਆਵਰਸ ਐਂਡ ਆਫਟਰ ਦੈਟ जो फाइंडिंग्स हैं अगर कुछ शेयर किया जा सकता है पब्लिक और मीडिया को दैट विल बी सीन बाय अवर पीआरओ सेक्शन एंड द डेजिग्नेटेड पीआरओ एंड ए शॉर्ट ब्रीफिंग विल बी गिवन टू द प्रेस आल्सो। सर क्या इनके एडमिट है क्या उनके परिवार से कोई और लोग यहां उसके बारे में मैं अभी कोई कमेंट नहीं करना चाहता हूं। नाउ सर क्या ये एसडीएम वगैरह भी रहेंगे और वीडियोग्राफी भी होगी? वीडियोग्राफी होगी, फोटोग्राफी होगी, एसडीएम होंगे वहां पे, सब कुछ ट्रांसपेरेंट मैनर में। क्या रिपोर्ट आज आने की संभावना? अब लेट मी गो टू कंडक्ट कट ऑफ। ਪਿਛਲੇ ਕੁਝ ਦਿਨਾਂ ਤੋਂ ਇੱਕ ਪਾਕਿਸਤਾਨੀ ਪੱਤਰਕਾਰ ਨਾਲ ਸੋਸ਼ਲ ਸਾਈਟ ਟਵਿੱਟਰ ਤੇ ਥਰੂਰ ਨਾਲ ਰਿਸ਼ਤਿਆਂ ਨੂੰ ਲੈ ਕੇ ਉਹਨਾਂ ਦਾ ਵਿਵਾਦ ਚੱਲ ਰਿਹਾ ਸੀ। ਸੂਤਰਾਂ ਮੁਤਾਬਕ ਸ਼ਸ਼ੀ ਥਰੂਰ ਨੇ ਹੀ ਸੁਨੰਦਾ ਪੁਸ਼ਕਰ ਦੀ ਮੌਤ ਦੀ ਖਬਰ ਪੁਲਿਸ ਨੂੰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਪਰ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਤ ਤੋਂ ਇੱਕ ਦਿਨ ਪਹਿਲਾਂ ਹੀ ਸ਼ਸ਼ੀ ਥਰੂਰ ਅਤੇ ਸੁਨੰਦਾ ਨੇ ਸਾਂਝੇ ਬਿਆਨ 'ਚ ਕਿਹਾ ਸੀ ਕਿ ਉਹ ਦੋਵੇਂ ਖੁਸ਼ ਨੇ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਵਿਆਹੁਤਾ ਜ਼ਿੰਦਗੀ 'ਚ ਜ਼ਹਿਰ ਘੁਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੋਹਾਂ ਵਿਚਕਾਰ ਕੋਈ ਅਣਬਣ ਨਹੀਂ ਹੈ। ਸੁਨੰਦਾ ਪੁਸ਼ਕਰ ਦਾ ਪੁਲਿਸ ਵੱਲੋਂ ਅੱਜ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਅੱਜ ਹੀ ਸ਼ਾਮ ਉਹਨਾਂ ਦਾ ਅੰਤਿਮ ਸੰਸਕਾਰ ਕੀਤੇ ਜਾਣ ਦੀ ਸੰਭਾਵਨਾ ਹੈ। ਸ਼ਾਮ ਕੋ ਲਗਭਗ 8:30 ਵਜੇ ਸ਼੍ਰੀਮਤੀ ਸੁਨੰਦਾ ਥਰੂਰ ਲੀਲਾ ਹੋਟਲ ਕੇ ਆਪਣੇ ਕਮਰੇ ਮੇਂ ਮ੍ਰਿਤ ਪਾਈ ਗਈ। ਇਹ ਪਤਾ ਚਲਤੇ ਹੀ ਤੁਰੰਤ ਲੋਕਲ ਪੁਲਿਸ ਕੋ ਸੂਚਿਤ ਕੀਆ ਗਿਆ ਔਰ ਪੁਲਿਸ ਔਰ ਮੈਜਿਸਟ੍ਰੇਟ ਮੌਕੇ ਪੇ ਪਹੁੰਚ ਚੁਕੇ ਹੈ ਔਰ ਪੰਚਾਇਤਨਾਮੇ ਕੀ ਕਾਰਵਾਈ ਕੀ ਜਾ ਰਹੀ ਹੈ। ਉਨਕੇ ਸਾਥ ਹੋਟਲ ਕੇ ਜੋ ਵੀ ਸਟਾਫ ਯਹਾਂ ਰਹਿਤਾ ਹੈ ਵੋ ਉਨਕੋ ਅਟੈਂਡ ਕਰ ਰਹਾ ਥਾ ਔਰ ਹਮਾਰਾ ਵੀ ਇੱਕ ਅਟੈਂਡੈਂਟ ਥਾ ਉਨਕੇ ਕਮਰੇ ਕੇ ਬਾਹਰ ਔਰ ਅਬ ਕੌਜ਼ ਆਫ ਡੈਥ ਟਾਈਮ ਆਫ ਡੈਥ ਕੇ ਬਾਰੇ ਮੇਂ ਅਭੀ ਹਮ ਕੁਛ ਕਹਿ ਨਹੀਂ ਸਕਤੇ, ਪੁਲਿਸ ਜਾਂਚ ਪੜਤਾਲ ਕਰ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।